ਤੇ ਵਿਰਸੇ ਨਾਲ ਆਪਣੀ ਜਨਰੇਸ਼ਨ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਰੂਟਸ ਨਾਲ ਜੋੜਨ ਲਈ ਆ ਕਿਸਾਨ ਦਾ ਪੁੱਤ ਜਿਹਨੂੰ ਜੇਠਾ ਪੁੱਤ ਵੀ ਕਿਹਾ ਜਾਂਦਾ ਹੈ ਫੋਰਡ ਟਰੈਕਟਰ ਆਸਟ੍ਰੇਲੀਆ ਅੱਜ ਰਵਾਨਾ ਹੋ ਰਿਹਾ ਔਰ ਬਿਨਾਂ ਪਾਸਪੋਰਟ ਤੇ ਬਿਨਾਂ ਵੀਜ਼ੇ ਤੋਂ ਜਾ ਰਿਹਾ ਟਰੈਕਟਰ ਦੀ ਗੁੱਡੀ ਦੇਖੋ ਜਿਵੇਂ ਇਹ ਗੁੱਡੀ ਤੁਹਾਨੂੰ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਐਵੇਂ ਹੀ ਰਾਏ ਬ੍ਰਦਰਸ ਦੀ ਆਸਟ੍ਰੇਲੀਆ ਦੇ ਵਿੱਚ ਗੁੱਡੀ ਚੜ੍ਹੀ ਹੋਈ ਹੈ ਪਰ ਇਹ ਡਾਊਨ ਟੂ ਅਰਥ ਬਹੁਤ ਨੇ ਹੰਬਲ ਬਹੁਤ ਨੇ ਔਰ ਉਹਦੇ ਨਾਲ ਦੀ ਨਾਲ ਸਾਨੂੰ ਇਹ ਵੀ ਪਤਾ ਚੱਲਿਆ ਕਿ ਕਬੱਡੀ ਖੇਡ ਨੂੰ ਬਹੁਤ ਪਿਆਰ ਕਰਦੇ ਆ ਔਰ ਜਦੋਂ ਵੀ ਸਰੋਤਿਆਂ ਦੀ ਕਹਿੰਦੇ ਆਸਟ੍ਰੇਲੀਆ ਵਿੱਚ ਲੱਗਦੀ ਨਹੀਂ ਅੱਡੀ ਤਾਂ ਇਹਨਾਂ ਨੂੰ ਬੜੀ ਪਿਆਰੀ ਆਪਣੀ ਮਾਂ ਖੇਡ ਕਬੱਡੀ ਔਰ ਇੱਕ ਇੱਕ ਜਿਹੜਾ ਜੱਫੇ ਉੱਤੇ ਇਹ 10-10 ਲੱਖ ਰੁਪਇਆ ਲਾ ਦਿੰਦੇ ਆ ਇੰਨਾ ਕਬੱਡੀ ਨੂੰ ਪ੍ਰਮੋਟ ਕਰਦੇ ਉਹ ਟਰੈਕਟਰਾਂ ਦਾ ਸੈਂਪਲ ਆਉਂਦਾ ਜੀ ਇਹਨੂੰ ਪਾਵਰ ਸਟੀਅਰਿੰਗ ਨਹੀਂ ਆਉਂਦਾ ਅੱਛਾ ਅੱਜ ਜਿੱਦਾਂ ਪਹਿਲਾਂ ਸੀਗਾ ਇਹਨੂੰ ਪਾਵਰ ਸਟੀਅਰਿੰਗ ਕੀਤਾ ਚਲਾਉਣ ਲਈ ਜੀ ਆ ਟਾਇਰ ਆਪਾਂ ਮੋਡੀਫਾਈ ਕੀਤੇ ਅੱਛਾ ਟਾਇਰ ਦਾ ਸਾਈਜ਼ ਕੀ ਆ ਜੀ ਟਾਇਰ ਜਿੱਦਾਂ ਆਹ ਮੋਲਾ ਟਾਇਰ ਆ ਜੀ 1.5 ਫੁੱਟ ਤੋਂ ਵੀ ਤਕਰੀਬਨ ਚੌੜਾ ਆ ਐਕਸਪੋਰਟ ਕਰਾਏ ਆ ਵੀ ਸਪੈਸ਼ਲ ਟਾਇਰ ਆ ਪਿੱਛੇ ਜਿੱਦਾਂ ਜੀ ਸੂਰੀ ਸਾਹਿਬ ਇਹਨੂੰ 13 ਦੇ ਟਾਇਰ ਆਂਦੇ ਰੀਜਨਲ ਇਹ ਆਪਾਂ ਇਹਨੂੰ 16 ਦੇ ਟਾਇਰ ਅਪਡੇਟ ਕੀਤੇ ਇਹ ਬਿਲੋਂਗ ਟੂ ਪੰਜਾਬ ਮਤਲਬ ਉਸ ਗੱਲ ਨੂੰ ਮਾਣ ਮਹਿਸੂਸ ਕਰ ਰਹੇ ਆਸਟ੍ਰੇਲੀਆ ਚ ਰਹਿ ਕੇ ਵੀ ਕਿ ਅਸੀਂ ਪੰਜਾਬ ਦੇ ਵਾਸੀ ਹਾਂ ਬਿਲਕੁਲ ਬਿਲਕੁਲ ਪੰਜਾਬ ਨਾਲ ਉਹਨਾਂ ਨੂੰ ਬਹੁਤ ਮੋਹ ਆ ਜਿੱਦਾਂ ਚਾਚਾ ਜੀ ਹੁਣਾਂ ਨੂੰ ਵੀ ਕਬੱਡੀ ਨੂੰ ਕਾਫੀ ਪ੍ਰਮੋਟ ਕਰਦੇ ਆ ਜਿਹੜਾ ਸਾਡੇ ਪੁਰਾਣੇ ਗਾਹਕ ਆ ਇਹ ਪਰ ਹੁਣ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ ਸਾਡਾ ਸਮਾਨ ਬਾਹਰ ਜਾ ਰਿਹਾ ਪਹਿਲਾਂ ਵੀ ਕੈਲੀਫੋਰਨੀਆ ਗਿਆ ਪਰ ਇਹਨਾਂ ਨੇ ਜ਼ਿਆਦਾ ਸਾਨੂੰ ਮਾਣ ਬਖਸ਼ਿਆ ਆਸਟ੍ਰੇਲੀਆ ਚ ਪਹਿਲੀ ਵਾਰ ਮੈਂ ਕਹਿੰਦਾ ਜਾ ਰਿਹਾ ਜੀ ਹਾਂਜੀ ਹਾਂਜੀ ਆਸਟ੍ਰੇਲੀਆ ਚ ਪਹਿਲੀ ਵਾਰ ਜਾ ਰਿਹਾ ਕੋਈ ਨਾ ਹੁਣ ਕੈਨੇਡਾ ਵੀ ਜਾਊਗਾ ਵੀਡੀਓ ਦੇਖ ਕੇ ਆ ਜਾਣੇ ਆਰਡਰ ਹਾਂਜੀ ਪੀਤੀ ਜੀ ਨੇ ਉਹ ਫਿਰ ਆਸਟ੍ਰੇਲੀਆ ਜਾ ਕੇ ਵੀ ਸਪੈਸ਼ਲ ਕੱਢ ਕੇ ਵੀਓ ਆਪਣੇ ਖੇਤਾਂ ਦੀ ਨਾਲੇ ਰਾਏ ਬ੍ਰਦਰਸ ਦੇਖੋ ਤੇ ਇਹਨਾਂ ਨੂੰ ਬੜਾ ਹੀ ਸ਼ੌਂਕ ਆ ਇਹਨਾਂ ਦੇ ਚੀਜ਼ਾਂ ਬਾਰੇ ਪੁਰਾਣੀਆਂ ਚੀਜ਼ਾਂ ਬਾਰੇ ਕਬੱਡੀ ਬਾਰੇ ਵੀ ਸ਼ੌਂਕ ਬਹੁਤ ਰਿਹਾ ਇਹਨਾਂ ਦਾ ਹੁਣ ਵੀ ਸ਼ੌਂਕ ਹੈ ਮੈਚ ਉੱਥੇ ਵੀ ਕਰਾਉਂਦੇ ਆ ਇੱਥੇ ਆ ਕੇ ਵੀ ਕਰਾ ਕੇ ਇਹ ਤਾਂ ਹੁਣੇ ਚਰਚਾ 'ਚ ਬਹੁਤ ਆ ਗਿਆ ਟਰੈਕਟਰ ਅਸੀਂ ਇੱਥੇ ਖੜੇ ਸ਼ੂਟਿੰਗ ਕਰ ਰਹੇ ਜਿਹੜਾ ਵੀ ਆਉਂਦਾ ਜਾਂਦਾ ਰਾਹੀ ਆ ਹਾਂਜੀ ਜੱਸੀ ਭਾਈ ਨੂੰ ਕਹਿੰਦਾ 1 ਮਿੰਟ 1 ਫੋਟੋ ਖਿਚਾ ਲਈਏ ਜੀ ਦੋ ਫੋਟੋਆਂ ਖਿਚਾ ਲਈਏ ਉੱਤੇ ਬਹਿ ਜੀਏ ਮੈਂ ਇਹ ਸੋਚਦਾ ਕਿ ਜਦ ਆਸਟ੍ਰੇਲੀਆ ਪਹੁੰਚੂ ਟਰੈਕਟਰ ਮੈਂ ਤਾਂ ਪੂਰੀ ਵੀਆਈਪੀ ਟ੍ਰੀਟਮੈਂਟ ਮੰਗਾਂ ਮੇਰੇ ਹਿਸਾਬ ਨਾਲ ਜੀ ਆਸਟ੍ਰੇਲੀਆ 'ਚ ਪਹਿਲਾ ਟਰੈਕਟਰ ਹੋਣਾ ਇਹੋ ਜਿਹੜਾ ਇੰਨਾ ਮੋਡੀਫਾਈ ਹੋ ਕੇ ਜਾ ਰਿਹਾ ਬਾਕੀ ਇਹਦੇ ਕੰਟੇਨਰ ਦੇ ਨਾਲ ਬੰਦਾ ਮੁੰਦਾ ਭੇਜ ਦਿੰਦਾ ਅਸੀਂ ਚੱਲ ਜੀਏ ਦੇਖ ਲਓ ਕੋਸ਼ਿਸ਼ ਕਰਕੇ ਉਹ ਤਾਂ ਸਕੈਨ ਸਕੈਨ ਹੋ ਜਾਣੇ ਆ ਇਹ ਤਾਂ ਇੱਥੇ ਸਕੈਨ ਨਹੀਂ ਆ ਸਾਹ ਲਾਵਾਂਗੇ ਨਹੀਂ ਅੰਦਰ ਕਿੰਨੇ ਤੱਕ ਪਹੁੰਚੋ ਇਹੋ 50 ਦਿਨ ਦਾ ਪ੍ਰੋਸੈਸ ਕਹਿੰਦੇ ਆ ਜੀ ਅੱਛਾ 50 ਦਿਨ ਫੇਰ ਵੀ ਲੱਗ ਜੂ ਮੈਕਸਿਮ 50 ਦਿਨ ਕਹਿੰਦੇ ਆ ਹੋ ਸਕਦਾ ਕਿ ਪਹਿਲਾਂ ਵੀ ਚੱਲ ਜਾਵੇ ਚਲੋ ਉਮੀਦ ਦੇ ਔਲੇ ਦਾ ਖਾਦਾ ਤੇ ਬਜ਼ੁਰਗਾਂ ਦਾ ਕਿਹਾ ਬਾਅਦ 'ਚ ਪਤਾ ਲੱਗਦਾ ਹੈ ਤੇ ਬਜ਼ੁਰਗਾਂ ਦੀ ਗੱਲ ਹਮੇਸ਼ਾ 16 ਆਨੇ ਹੁੰਦੀ ਹੈ ਸਹੀ ਮਿੱਤਰੋ ਬਜ਼ੁਰਗਾਂ ਦੀ ਗੱਲ ਹਮੇਸ਼ਾ 16 ਆਨੇ ਹੁੰਦੀ ਹੈ ਸਹੀ ਮਿੱਤਰੋ ਜਿਹੜਾ ਮੰਜ਼ਿਲ ਤੇ ਪਹੁੰਚ ਕੇ ਵੀ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਆਪਣੇ ਪਿਛੋਕੜ ਨਾਲ ਜੁੜਿਆ ਰਹਿੰਦਾ ਆਪਣੇ ਵਿਰਸੇ ਨਾਲ ਜੁੜਿਆ ਰਹਿੰਦਾ ਉਹਦੀ ਸਦਾ ਹੀ ਚੜ੍ਹਦੀ ਕਲਾ ਹੈ ਰਹੀ ਮਿੱਤਰੋ ਉਹਦੀ ਸਦਾ ਹੀ ਚੜ੍ਹਦੀ ਕਲਾ ਹੈ ਰਹੀ ਮਿੱਤਰੋ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਦੋਸਤੋ ਇੱਕ ਇੰਗਲਿਸ਼ ਦੀ ਕਹਾਵਤ ਹੈ ਕਹਿੰਦੇ ਯੂਰ ਲੈਗਸੀ ਹੈਜ਼ ਬੀਨ ਰਿਟਨ ਬਾਈ ਯੂਰ ਸੈਲਫ ਸੋ ਯੂ ਹੈਵ ਟੂ ਟੇਕ ਦ ਰਾਈਟ ਡਿਸੀਜ਼ਨਸ ਔਰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਨੂੰ ਵਿਰਸੇ ਵਿੱਚ ਵਿਰਾਸਤ ਵਿੱਚ ਪੈਸਾ ਮਿਲ ਸਕਦਾ ਗੱਦੀ ਮਿਲ ਸਕਦੀ ਹੈ ਲੇਕਿਨ ਪਹਿਚਾਨ ਤੁਹਾਨੂੰ ਆਪ ਬਣਾਉਣੀ ਪੈਂਦੀ ਹੈ ਸੰਘਰਸ਼ ਤੁਹਾਨੂੰ ਆਪ ਕਰਨਾ ਪੈਂਦਾ ਆਪਣਾ ਨਾਂ ਬਣਾਉਣ ਲਈ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਅੱਗਾ ਦੌੜ ਪਿੱਛਾ ਚੌੜ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਬੰਦਾ ਸਿਰਫ ਅੱਗੇ ਵੱਲ ਨੂੰ ਭੱਜੀ ਜਾਵੇ ਪਿੱਛੇ ਵੱਲ ਦੇਖੇ ਹੀ ਨਾ ਤਾਂ ਉਹ ਮੰਜ਼ਿਲ 'ਤੇ ਨਹੀਂ ਪਹੁੰਚਦਾ ਪਰ ਮੰਜ਼ਿਲ 'ਤੇ ਪਹੁੰਚ ਕੇ ਆਪਣੀ ਜੜ੍ਹਾਂ ਨੂੰ ਯਾਦ ਰੱਖਣਾ ਆਪਣੇ ਵਿਰਸੇ ਨੂੰ ਯਾਦ ਰੱਖਣਾ ਆਪਣੇ ਪਿੰਡ ਨੂੰ ਯਾਦ ਰੱਖਣਾ ਆਪਣੀ ਸਾਂਝ ਨੂੰ ਯਾਦ ਰੱਖਣਾ ਕਦਰਾਂ ਕੀਮਤਾਂ ਨੂੰ ਯਾਦ ਰੱਖਣਾ ਭਾਈਚਾਰੇ ਨੂੰ ਯਾਦ ਰੱਖਣਾ ਜੂਹਾਂ ਨੂੰ ਯਾਦ ਰੱਖਣਾ ਜਿਹੜਾ ਬੰਦਾ ਇੰਨੀਆਂ ਗੱਲਾਂ ਯਾਦ ਰੱਖਦਾ ਉਹ ਵਧਾਈ ਦਾ ਪਾਤਰ ਹੁੰਦਾ ਜੀ ਅਸੀਂ ਗੱਲ ਕਰ ਰਹੇ ਹਾਂ ਜਾਫਰਪੁਰ ਪਿੰਡ ਤੋਂ ਰਾਏ ਬ੍ਰਦਰਸ ਦੀ ਸਕਰੀਨ 'ਤੇ ਤੁਸੀਂ ਇਹਨਾਂ ਦੇ ਪਿੰਡ ਘਰ ਦੀਆਂ ਤਸਵੀਰਾਂ ਦੇਖ ਰਹੇ ਹੋ ਕਿ ਪਰਮਾਤਮਾ ਨੇ ਬਹੁਤ ਨਵਾਜਿਆ ਮਹਿਲਾਂ ਵਰਗੀ ਕੋਠੀ ਹੈ ਔਰ ਆਸਟ੍ਰੇਲੀਆ ਵਿੱਚ ਵੀ ਪੂਰੀ ਧਾਕ ਜਮਾਈ ਹੈ ਪਿੰਡੋਂ ਤੁਰੇ ਸੀਗੇ ਲੇਕਿਨ ਪਿੰਡ ਨੂੰ ਕਦੇ ਭੁਲਾਇਆ ਨਹੀਂ ਬੇਸ਼ੱਕ ਆਸਟ੍ਰੇਲੀਆ ਵਿੱਚ ਅੱਜ ਬੱਚਾ ਬੱਚਾ ਜਾਣਦਾ ਔਰ ਸਕਰੀਨ 'ਤੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਪਰਮਾਤਮਾ ਨੇ ਨਵਾਜਿਆ ਜਿਹੜਾ ਪਿੰਡ ਵਾਲਾ ਘਰ ਹੈ ਪਰ ਫਿਰ ਵੀ ਆਪਣੇ ਪਿੰਡ ਨੂੰ ਕਦੀ ਭੁਲਾਇਆ ਨਹੀਂ ਪਰ ਅੱਜ ਆਪਣੇ ਵਿਰਸੇ ਨਾਲ ਆਪਣੀ ਜਨਰੇਸ਼ਨ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਰੂਟਸ ਨਾਲ ਜੋੜਨ ਲਈ ਆ ਕਿਸਾਨ ਦਾ ਪੁੱਤ ਜਿਹਨੂੰ ਜੇਠਾ ਪੁੱਤ ਵੀ ਕਿਹਾ ਜਾਂਦਾ ਫੋਰਡ ਟਰੈਕਟਰ ਆਸਟ੍ਰੇਲੀਆ ਅੱਜ ਰਵਾਨਾ ਹੋ ਰਿਹਾ ਔਰ ਬਿਨਾਂ ਪਾਸਪੋਰਟ ਤੇ ਬਿਨਾਂ ਵੀਜ਼ੇ ਤੋਂ ਜਾ ਰਿਹਾ ਤਾਂ ਤੁਸੀਂ ਟਰੈਕਟਰ ਦੀ ਗੁੱਡੀ ਦੇਖੋ ਜਿਵੇਂ ਇਹ ਗੁੱਡੀ
ਤੁਹਾਨੂੰ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ, ਐਵੇਂ ਹੀ ਰਾਏ ਬ੍ਰਦਰਸ ਦੀ ਆਸਟ੍ਰੇਲੀਆ ਦੇ ਵਿੱਚ ਗੁੱਡੀ ਚੜ੍ਹੀ ਹੋਈ ਹੈ, ਪਰ ਇਹ ਡਾਊਨ ਟੂ ਅਰਥ ਬਹੁਤ ਨੇ, ਹੰਬਲ ਬਹੁਤ ਨੇ। ਔਰ ਉਹਦੇ ਨਾਲ ਦੀ ਨਾਲ ਸਾਨੂੰ ਇਹ ਵੀ ਪਤਾ ਚੱਲਿਆ ਕਿ ਕਬੱਡੀ ਖੇਡ ਨੂੰ ਬਹੁਤ ਪਿਆਰ ਕਰਦੇ ਆ। ਔਰ ਜਦੋਂ ਵੀ ਸਰੋਤਿਆਂ ਦੀ ਕਹਿੰਦੇ ਆਸਟ੍ਰੇਲੀਆ ਵਿੱਚ ਲੱਗਦੀ ਨਹੀਂ ਅੱਡੀ, ਤਾਂ ਇਹਨਾਂ ਨੂੰ ਬੜੀ ਪਿਆਰੀ ਆਪਣੀ ਮਾਂ ਖੇਡ ਕਬੱਡੀ। ਔਰ ਇੱਕ ਇੱਕ ਜਿਹੜਾ ਜੱਫੇ ਉੱਤੇ ਇਹ 10-10 ਲੱਖ ਰੁਪਈਆ ਲਾ ਦਿੰਦੇ, ਇੰਨਾ ਕਬੱਡੀ ਨੂੰ ਪ੍ਰਮੋਟ ਕਰਦੇ। ਪਰ ਅੱਜ ਇਕੱਲਾ ਟਰੈਕਟਰ ਨਹੀਂ ਜਾ ਰਿਹਾ, ਟਰਾਲੀ ਨਹੀਂ ਜਾ ਰਹੀ, ਨਾਲ ਦੀ ਨਾਲ ਵਿਰਸੇ ਨਾਲ ਜੋੜਨ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਚੱਲੀਆਂ। ਤੁਸੀਂ ਪਿੱਛੇ ਵੀ ਦੇਖ ਲਓ, ਬਹੁਤ ਸਾਰਾ ਸਮਾਨ ਚੱਲਿਆ ਜੋ ਖੇਤੀ ਵਿੱਚ ਕੰਮ ਆਉਂਦਾ, ਕਿਹੜਾ ਕਿਹੜਾ ਸਮਾਨ ਚੱਲਿਆ, ਇਕੱਲਾ ਇਕੱਲਾ ਸੀ ਇਹਨਾਂ ਦੇ ਜਿਹੜੇ ਇੱਥੇ ਪਰਿਵਾਰਕ ਮੈਂਬਰ ਨੇ ਉਹਨਾਂ ਤੋਂ ਜਾਣਾਂਗੇ, ਲੇਕਿਨ ਪਹਿਲਾਂ ਇੱਧਰ ਤੁਹਾਨੂੰ ਚੀਜ਼ਾਂ ਦਿਖਾਉਣੀਆਂ ਚਾਹਾਂਗਾ ਮੈਂ। ਆ ਪੀੜੀ ਚੱਲੀ ਹੈ ਜੀ, ਮੰਜਾ ਚੱਲਾ, ਉਖਲੀ ਚੱਲੀ ਹੈ। ਤਾਂ ਪੀੜੀ ਨੂੰ ਦੇਖ ਕੇ ਮੈਨੂੰ ਗੱਲ ਯਾਦ ਆ ਗਈ, ਸ਼ਾਇਦ ਰਾਏ ਬ੍ਰਦਰਸ ਇੱਦਾਂ ਕਰਦੇ ਹੋਣ। ਉਹ ਕਹਿੰਦੇ ਕਿ ਚਲੇ ਦੇ ਵਿੱਚ ਦੋਵੇਂ ਭਰਾ ਇਕੱਠੇ ਨਹਾਉਂਦੇ ਸੀ, ਬੇਬੇ ਚੁੱਲ੍ਹੇ 'ਤੇ ਫੁਲਕੇ ਧਰਦੀ ਸੀ ਅਤੇ ਅਸੀਂ ਪੀੜੀ 'ਤੇ ਬਹਿ ਕੇ ਖਾਂਦੇ ਸੀ, ਮੰਜਿਆਂ ਉੱਤੇ ਬਹਿੰਦੇ ਸੀਗੇ, ਨੇੜੇ ਉਹ ਰਹਿੰਦੇ ਸੀਗੇ। ਕਾਹਦੇ ਸੋਫੇ 'ਤੇ ਬੈੱਡ ਆ ਗਏ ਯਾਰ, ਪੰਜਾਬ ਤੋਂ ਦੂਰੀਆਂ ਪਾ ਗਏ। ਹੁਣ ਬੱਚਿਆਂ ਨੂੰ ਦਿਖਾਵਾਂਗੇ ਆਪਣਾ ਵਿਰਸਾ, ਕਿ ਨਾ ਉਦੋਂ ਨੈੱਟ, ਨਾ ਟੀ ਵੀ, ਨਾ ਮੋਬਾਈਲ ਹੁੰਦਾ ਸੀ। ਬੱਚਿਆਂ ਨੂੰ ਦੱਸਾਂਗੇ ਕਿ ਉਦੋਂ ਜੀਵਨ ਦਾ ਕਿਹੋ ਜਿਹਾ ਸਟਾਈਲ ਹੁੰਦਾ ਸੀ। ਉਖਲੀ ਨੂੰ ਜਦ ਦੇਖਦੇ ਆ ਤਾਂ ਹਰੀ ਚਟਣੀ ਦੀ ਯਾਦ ਆਉਂਦੀ ਹੈ। ਮਤਲਬ ਸਾਰੀਆਂ ਗੱਲਾਂ ਦੀ ਸਪੈਸੀਫਿਕੇਸ਼ਨ ਬਾਰੇ ਵੀ ਗੱਲ ਕਰਾਂਗੇ, ਲੇਕਿਨ ਪਹਿਲਾਂ ਪਿੰਡ ਤੋਂ ਬਾਪੂ ਜੀ ਮੌਜੂਦ ਨੇ। ਰਾਏ ਬ੍ਰਦਰਸ ਆਸਟ੍ਰੇਲੀਆ ਵਾਲੇ ਪਿੰਡ ਜਾਫਰਪੁਰ ਵਾਲਿਆਂ ਦੀ ਪੂਰੀ ਜਾਣਕਾਰੀ ਲੈਣ ਲਈ ਕਿ ਜ਼ਿੰਦਗੀ ਦਾ ਕਿਹੋ ਜਿਹਾ ਸੰਘਰਸ਼ ਰਿਹਾ, ਉਹਦੇ ਲਈ ਅਸੀਂ ਗੱਲਬਾਤ ਕਰਦੇ ਹਾਂ ਪਿੰਡ ਜਾਫਰਪੁਰ ਦੇ ਸਾਬਕਾ ਪੰਚ ਗੁਰਮੇਲ ਜੀ ਦੇ ਨਾਲ। ਗੁਰਮੇਲ ਜੀ, ਬਹੁਤ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸਾਡੇ ਭਤੀਜੇ ਸਨ 86 ਦੇ ਵਿੱਚ ਗਏ ਹੈ, ਉਹਨੇ ਬਹੁਤ ਮਿਹਨਤ ਕੀਤੀ ਹੈ, ਉੱਧਰ ਵੀ ਜਾ ਕੇ ਰਾਤ ਦਿਨ ਕੰਮ ਕੀਤਾ ਅਤੇ ਇੱਧਰ ਵੀ ਕਰਿਆ, ਸਾਡੇ ਬਾਰੇ ਵੀ ਸੋਚਿਆ, ਲੋਕ ਭਲਾਈ ਦੇ ਕੰਮ ਵੀ ਬਹੁਤ ਕੀਤੇ ਆ। ਜੇ ਕੋ ਬੰਦੇ ਨੇ ਕਿਹਾ ਕੰਮ ਬਾਰੇ, ਉਹਨੇ ਜਦੇ ਜਵਾਬ ਨਹੀਂ ਦਿੱਤਾ। ਅੱਛਾ, ਨਾਮ ਕੀ ਹੈ ਦੋਨੇ ਭਰਾਵਾਂ ਦਾ ਜੀ? ਇੱਕ ਨਾ ਗੁਰਦਿਆਲ ਸਿੰਘ, ਦੂਆ ਸਤਵਿੰਦਰ ਸਿੰਘ। ਠੀਕ ਹੈ ਜੀ, ਹਾਂਜੀ। ਕਦੋਂ ਗਏ ਜੀ? 86 ਦਾ 86 ਚ ਗਏ ਆ, 11ਵੇਂ ਮਹੀਨੇ 'ਚ ਜੀ। ਉੱਥੇ ਵੀ ਜਾ ਕੇ ਸੰਘਰਸ਼ ਕੀਤਾ ਪੂਰਾ? ਹਾਂਜੀ, ਬਹੁਤ ਕੀਤੀ, ਬਹੁਤ ਮਿਹਨਤ ਕਰਕੇ, ਤਰੱਕੀ ਕਰਕੇ ਵਧੇ ਆ। ਅੱਛਾ, ਮੈਂ ਜੱਸੀ ਭਾਅ ਜੀ ਉਹਨਾਂ ਨਾਲ ਵੀ ਗੱਲ ਕਰਦਾ ਸੀ, ਇਹ ਕਹਿੰਦੇ ਮੈਂ ਵੀ ਆਸਟ੍ਰੇਲੀਆ ਜਾਇਆ ਆ, ਕਹਿੰਦੇ ਬੜਾ ਮਾਣ ਸਤਿਕਾਰ ਉਹਨਾਂ ਦਾ ਉੱਥੇ, ਅਤੇ ਉੱਥੇ ਕਹਿੰਦੇ ਕਬੱਡੀ ਨੂੰ ਬਹੁਤ ਪ੍ਰਮੋਟ ਕਰਦੇ ਆ, ਔਰ ਇੱਕ ਇੱਕ ਜੱਫੇ 'ਤੇ ਕਹਿੰਦੇ 10-10 ਲੱਖ ਰੁਪਇਆ ਲਾ ਦਿੰਦੇ। ਹਾਂਜੀ, ਉਹਨੇ ਪਾਲਾ ਜਲਾਲਪੁਰੀਆ 2-3 ਵਾਰਾਂ ਸੱਦਿਆ, ਟੂਰਨਾਮੈਂਟ ਕਰਾਇਆ, ਉਹਨਾਂ ਦਾ ਨਾਂ ਹੋਇਆ, 2-3 ਵਾਰਾਂ ਇਹ ਜਿੱਤੇ ਆ। ਇੱਧਰ ਵੀ ਜੇ ਕੋਈ ਕਹਿੰਦਾ ਟੂਰਨਾਮੈਂਟ ਨੂੰ, ਇੱਧਰ ਵੱਧ ਚੜ੍ਹ ਕੇ ਹਿੱਸਾ ਲਾਉਂਦੇ ਆ, ਹਰੇਕ ਦੀ ਗੱਲ ਮੰਨਦੇ ਆ, ਹਰੇਕ ਜੇ ਕੋਈ ਬੰਦਾ ਕਹਿੰਦਾ ਆਹ ਕੰਮ ਕਰੋ, ਉਹਦਾ ਪੂਰਾ ਕਰਦੇ ਆ, ਹਰੇਕ ਬੰਦੇ ਨੂੰ ਸਹਿਯੋਗ ਕਰਦੇ ਆ, ਪੂਰਾ ਸਹਿਯੋਗ ਹੈ ਜੀ। ਜੀ, ਚਲੋ ਜੱਸੀ ਭਾਅ ਜੀ, ਤੁਸੀਂ ਆਸਟ੍ਰੇਲੀਆ ਜਾਇਆ ਹੋ, ਹਾਂਜੀ, ਉੱਥੇ ਕਿਹੋ ਜਿਹਾ ਰਹਿਣ ਸਹਿਣ ਹੈ, ਵਿਰਸੇ ਨਾਲ ਕਿੰਨਾ ਕੁ ਜੁੜੇ, ਅਤੇ ਜਿਹੜੀ ਜਨਰੇਸ਼ਨ ਉਹਨਾਂ ਦੀ ਹੋਣੀ ਉੱਥੇ ਦੀ ਬੋਰਨ ਆ ਜਿਹੜੇ, ਉਹਨਾਂ ਦਾ ਪੰਜਾਬ ਪ੍ਰਤੀ ਕਿਹੋ ਜਿਹਾ ਬਿਹੇਵੀਅਰ ਹੈ ਜੀ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਡਾ PV32 ਵਾਲਿਆਂ ਦਾ ਧੰਨਵਾਦ ਕਰਦਾ, ਤੁਸੀਂ ਟਾਈਮ ਕੱਢਿਆ ਸਾਡੇ ਚੈਨਲ ਦਾ, ਸਾਰੇ ਸਰੋਤਿਆਂ ਦਾ। ਮੈਂ ਉੱਥੇ ਗਿਆ ਸੂਰੀ ਸਾਹਿਬ ਜੀ, ਮੈਂ ਤਕਰੀਬਨ ਉਹਨਾਂ ਕੋਲ 2 ਹਫ਼ਤੇ ਰਹਿ ਕੇ ਆਇਆ ਜੀ। ਉੱਥੇ ਦਾ ਰਹਿਣ ਸਹਿਣ ਐਨ ਪੰਜਾਬ ਵਰਗਾ ਲੱਗਿਆ। ਮਤਲਬ ਸੋਚ ਉਹਨਾਂ ਦੀ ਪੰਜਾਬ ਪ੍ਰਤੀ ਕੀ ਹੈ? ਬਿਲਕੁਲ, ਬਹੁਤ ਵਧੀਆ ਜੀ, ਆਪਣੇ ਵਿਰਸੇ ਨਾਲ ਜੁੜੇ ਹੋ ਆ। ਆਹ ਟਰੈਕਟਰ ਵੀ ਉਹਨਾਂ ਦੇ ਨਿਆਣਿਆਂ ਦੇ ਕਹਿਣ ਤੇ ਹੀ ਤਿਆਰ ਹੋਇਆ, ਉਹਨਾਂ ਦਾ ਸ਼ੌਂਕ ਸੀਗਾ। ਅੱਛਾ ਜੀ, ਵੀ ਇੱਦਾਂ ਦਾ ਸਾਨੂੰ ਟਰੈਕਟਰ ਤਿਆਰ ਕਰਵਾ ਕੇ ਦਿਓ। ਜਦੋਂ ਲਾਸਟ ਈਅਰ ਉਹ ਇੰਡੀਆ ਆਏ ਅਮਨ, ਉਦੋਂ ਅਸੀਂ ਸਾਰੇ ਜਣੇ ਬੈਠੇ, ਮੈਂ ਕਿਹਾ ਕਿੱਦਾਂ ਲੱਗਾ ਪੰਜਾਬ, ਕਹਿੰਦਾ ਇੱਥੋਂ 4 ਟਰੈਕਟਰ ਲੈ ਕੇ ਜਾਣਾ। ਅੱਛਾ, ਤੇ ਉਹਨਾਂ ਦੇ ਫਾਦਰ ਸਾਹਿਬ ਵੀ ਨਾਲ ਸੀਗੇ, ਫਿਰ ਅਸੀਂ ਲੱਭਿਆ। ਆਪਾਂ ਨਾਲ ਦੀ ਨਾਲ ਟਰੈਕਟਰ ਦਿਖਾ ਵੀ ਦਈਏ ਜੀ, ਬੜੇ ਸ਼ੌਂਕ ਨਾਲ ਤਿਆਰ ਕਰਾਇਆ ਤੁਸੀਂ। ਹਾਂਜੀ, ਬਹੁਤ ਸ਼ੌਂਕ ਨਾਲ। ਆ ਜੋ ਵੀ ਚੀਜ਼ ਦੇਖੋ, ਇਹੋ ਜਿੱਦਾਂ ਆਪਣੇ 4 ਟਰੈਕਟਰਾਂ ਦਾ ਸੈਂਪਲ ਆਉਂਦਾ ਜੀ, ਇਹਨੂੰ ਪਾਵਰ ਸਟੀਅਰਿੰਗ ਨਹੀਂ ਆਉਂਦਾ। ਅੱਛਾ, ਅੱਜ ਜਿੱਦਾਂ ਪਹਿਲਾਂ ਸੀਗਾ, ਇਹਨੂੰ ਪਾਵਰ ਸਟੀਅਰਿੰਗ ਕੀਤਾ ਚਲਾਉਣ ਲਈ ਜੀ, ਆ ਟਾਇਰ ਆਪਾਂ ਮੋਡੀਫਾਈ ਕੀਤੇ। ਅੱਛਾ, ਟਾਇਰ ਦਾ ਸਾਈਜ਼ ਕੀ ਆ ਜੀ? ਟਾਇਰ ਜਿੱਦਾਂ ਆਹ ਮੋਲਾ ਟਾਇਰ ਆ ਜੀ, 1.5 ਫੁੱਟ ਤੋਂ ਵੀ ਤਕਰੀਬਨ ਚੌੜਾ ਆ, ਐਕਸਪੋਰਟ ਕਰਾਏ ਆ ਵੀ ਸਪੈਸ਼ਲ ਟਾਇਰ ਆ। ਪਿੱਛੇ ਜਿੱਦਾਂ ਜੀ ਸੂਰੀ ਸਾਹਿਬ, ਇਹਨੂੰ 13 ਦੇ ਟਾਇਰ ਆਉਂਦੇ ਰੀਜਨਲ, ਇਹ ਆਪਾਂ ਇਹਨੂੰ 16 ਦੇ ਟਾਇਰ ਅਪਡੇਟ ਕੀਤੇ ਆ। ਅੱਛਾ, ਰੇਡੀਅਲ ਇੱਕ ਸੋਹਣਾ ਲੱਗਣ ਲਈ, ਕਿਉਂਕਿ ਖੇਤੀ ਦਾ ਕੰਮ ਕਰਨ ਲਈ ਤਾਂ ਉਹਨਾਂ ਕੋਲ ਹੋਰ ਟਰੈਕਟਰ ਵੀ ਉੱਥੇ ਹੈਗੇ, ਇਹ ਇੱਕ ਬਸ ਆਪਣੇ ਸ਼ੌਂਕ ਲਈ ਲੈ ਕੇ ਜਾ। ਅੱਛਾ, ਉੱਥੇ VIP ਟਰੈਕਟਰ ਬਣ ਜਾਣਾ? ਹਾਂਜੀ ਹਾਂਜੀ, ਬਸ ਜੀ ਜਿੱਦਾਂ ਫਿਰ ਮੇਲਿਆਂ ਤੇ ਜਾਉਣਗੇ, ਨਗਰ ਕੀਰਤਨ ਤੇ, ਵਿਆਹ ਸ਼ਾਦੀਆਂ 'ਚ। ਹਾਂਜੀ ਹਾਂਜੀ, ਉਹਦੇ ਲਈ, ਹਾਂਜੀ ਉਹਦੇ ਲਈ ਸੀਟ ਕਵਰ ਵੀ ਬੜੇ ਅੱਛੇ। ਹਾਂਜੀ, ਸੀਟ ਵੀ ਸਪੈਸ਼ਲ, ਜਿੱਦਾਂ ਸਿਸਟਮ ਵੀ ਇਹੋ, ਆਪਣੇ ਗਿੱਲ ਭਰਾ ਆ ਉਹਨੀ, ਬਹੁਤ ਸੋਹਣਾ ਲਾਇਆ ਉਹਨੀ, ਵਧੀਆ ਕੰਮ ਕੀਤਾ। ਕਲਰ ਦੁਆਰਤੀ ਕੀਤਾ ਜੀ? ਹਾਂਜੀ, ਦੁਆਰਤੀ ਕੀਤਾ, ਕਿਉਂਕਿ ਅੱਖ ਨੂੰ ਚੁੱਭਦਾ ਨਹੀਂ ਹੈ, ਜੱਚਦਾ। ਹਾਂਜੀ ਹਾਂਜੀ, ਇਹ ਆਪਣੇ ਗੁਰਜੀਤ ਢਿੱਲੋਂ ਭਾਜੀ, PV7 ਵਾਲੇ ਹੁਸ਼ਿਆਰਪੁਰ, ਉਹਨਾਂ ਨਾਲ ਵੀ ਸਾਡਾ ਬਹੁਤ ਪਿਆਰ ਆ। ਇਹ ਉਹਨਾਂ ਨੇ ਇਹਦੇ ਤੇ ਬਹੁਤ ਵਧੀਆ ਬਰੀਕੀ ਨਾਲ ਕੰਮ ਕੀਤਾ, ਤੁਸੀਂ ਬਾਕੀ ਦੇਖਦੇ ਆ, ਕੱਲੀ ਕੱਲੀ ਚੀਜ਼ ਕੱਲੀ ਕੱਲੀ ਚੀਜ਼ ਜੱਚਦੀ ਪਈ ਆ। ਜੋ ਵੀ ਪਾਰਟ ਆ ਓਰੀਜਨਲ ਆਇਆ ਨਾ,
अपडेट किया जी जेडे मीटर क्लासिक आले सारिया लाइटा भी काफी चीजा सूरी साहब आप अपडेट की रलाम ला के मिक्सचर किया ना सर। हाँ जी हाँ जी जिदा हम सलांसर ये भी प्योर स्टील है। हाँ जी प्योर स्टील भी आप मोडीफाई किया। हाँ जी आप ट्राली भी दिखा दी कंपैक्ट है छोटी है और ਇਹਦੇ ਵੀ ਟਾਇਰ ਬਹੁਤ ਜੱਚਦੇ ਆ ਜੀ। ਹਾਂਜੀ ਇਹ ਵੀ ਜਿੱਦਾਂ ਹੁਣ ਉਧਰ ਨਿਆਣਿਆਂ ਨੂੰ ਆਪਣਿਆਂ ਨੂੰ ਸ਼ੌਂਕ ਸੀਗਾ ਮਨਜੋਤ ਭਰਾ ਹੁਣਾਂ ਨੂੰ ਜਿੰਦਰੀ ਭਰਾ ਹੁਣਾਂ ਨੂੰ ਉਹਨੀ ਸਪੈਸ਼ਲ ਇੱਥੇ ਜਿੱਦਾਂ ਪਲਾਹੇ ਤੋਂ ਕਹਿੰਦੇ ਕਿੱਦਾਂ ਦੀ ਸਾਨੂੰ ਟਰੈਲੀ ਚਾਹੀਦੀ ਆ ਵੀ ਪਿੱਛੇ ਘੁਮਾਉਣ ਨੂੰ। ਇਹ ਵੀ ਆਪਾਂ ਇਹ ਤੋਂ ਵਰਕ ਕੁਛ ਨਹੀਂ ਲੈਣਾ ਬਸ ਸ਼ੌਂਕ ਆ ਦੁਆਬੇ ਵਾਲੇ ਲਿਖੇ ਆ। ਹਾਂਜੀ ਹਾਂਜੀ ਦੁਆਏ ਰਾਏ ਬ੍ਰਦਰ ਬਲੂ ਬਰੀ ਜਿੱਦਾਂ ਉਹਨਾਂ ਦਾ ਕੰਮ ਸਮਝਾਓ ਇਹ ਉਹਨਾਂ ਦਾ ਜਿੱਦਾਂ ਕੰਮ ਆ ਉਹਨਾਂ ਨੇ ਇੰਨੀ ਮਿਹਨਤ ਕੀਤੀ ਆ ਨਾ ਜੀ ਇੱਕ ਅੱਥੋਂ ਬੰਦੇ ਨੇ ਜਾ ਕੇ ਆਸਟ੍ਰੇਲੀਆ 'ਚ ਜਿੱਦਾਂ ਹੁਣ ਚਾਚਾ ਜੀ ਪਹਿਲਾਂ ਦੱਸਦੇ ਉੱਥੇ ਜਾ ਕੇ ਕਾਮਯਾਬ ਹੋਏ ਆ ਉੱਥੇ ਆਪਣੇ ਫਾਰਮ ਬਣਾਏ ਉੱਥੇ ਇਹਨਾਂ ਦਾ ਜਿੱਦਾਂ ਬਲੂ ਬਰੀ ਦਾ ਆਪਣਾ ਕੰਮ ਆ। ਅੱਛਾ ਇੱਧਰ ਦਿਖਾ ਦਈਏ ਸਟicker ਇੱਕ ਤੁਸੀਂ ਇੱਧਰ ਇਹ ਵੀ ਲਵਾਇਆ ਨੋ ਫਾਰਮਰ ਨੋ ਫੂਡ ਮਤਲਬ ਸਤਕਾਰ ਪੂਰਾ ਕਾਇਮ ਹੈ। ਬਿਲਕੁਲ ਜੀ ਆਪਣੇ ਵਿਰਸੇ ਨਾਲ ਜੁੜੇ ਹੋਏ ਆ ਜੀ ਉਹਨਾਂ ਨੂੰ ਬਹੁਤ ਸ਼ੌਂਕ ਆ ਹੁਣ ਜਿੱਦਾਂ ਟਰੈਕਟਰ ਨੂੰ ਸਾਡੇ ਨੂੰ 6 ਮਹੀਨੇ ਹੋ ਗਏ ਰੈਡੀ ਹੁੰਦੇ ਨੂੰ ਉਹ ਤਾਂ ਹਜੇ ਵੀ ਪੁੱਛੀ ਜਾਂਦੇ ਜੱਸੀ ਭਾਜੀ ਕਦੋਂ ਆ ਜਾਊਗਾ ਪੱਲ ਪੱਲ ਵੇਟ ਕਰ ਰਹੇ ਆ ਨਾ। ਬਿਲਕੁਲ ਬਿਲਕੁਲ। ਅੱਛਾ ਬਲੂ ਬੈਰੀਜ਼ ਦਾ ਪਿੱਛੇ ਵੀ ਜ਼ਿਕਰ ਕਰਤਾ। ਹਾਂਜੀ ਹਾਂਜੀ ਇਹ ਉਹਨਾਂ ਦਾ ਆਪਣਾ ਉੱਥੇ ਵੀ ਕੰਪਨੀ ਉਹਨਾਂ ਦਾ ਨਾਮ ਰੱਖਿਆ ਬਲੂ ਬਰੀ ਦਾ ਆਪਣਾ ਫਾਰਮ ਹੈ। ਮਰਸਡੀਜ਼ ਦਾ ਟੈਗ ਵੀ ਆ ਗਿਆ। ਹਾਂਜੀ ਹਾਂਜੀ ਮਾਰ ਇਹ ਲੋਗੋ ਇਹਦਾ ਕੀ ਕਾਰਨ ਸੀ? ਇਹ ਫਿਰ ਜਿੱਦਾਂ ਹੁਣ ਆਪਣੇ ਉੱਥੇ ਫੋਰਡ ਆਪਣੇ ਨਾਲ ਅਟੈਚ ਹੋਏ ਆ ਉਧਰ ਗੱਡੀਆਂ ਹੈਗੀਆਂ ਪਰ ਫੇਰ ਵੀ ਜਿਹੜਾ ਫੋਰਡ ਆ ਹੁਣ ਜਿਹੜੇ ਮੁੰਡੇ ਦੀ ਆਪਣੇ ਛੋਟੇ ਭਰਾ ਦੀ ਥਾਕੋ ਗੱਲ ਕਰਦਾ ਅਮਨ ਕੋ ਉਹਦੇ ਕੋਲ ਸਪੋਰਟਸ ਕਾਰਾਂ ਰੇਂਜ ਰੋਵਰ ਵਗੈਰਾ ਹੈਗੀਆਂ ਪਰ ਫੇਰ ਵੀ ਉਹਨੂੰ ਸ਼ੌਂਕ ਫੋਰਡ ਦਾ ਆ। ਡਾਲੇ ਦੀ ਜੇ ਗੱਲ ਕਰ ਲਈਏ ਠੀਕ ਹਾਂਜੀ ਇਹ ਓਪਨ ਹੁੰਦਾ ਜੀ ਅੱਦਾ ਖੋਲ ਸਕਦੇ ਆ ਆਪਾਂ ਠੀਕ ਹੈ ਖੋਲ ਸਕਦੇ ਆ ਜਿੱਦਾਂ ਕੋਈ ਵਿੱਚ ਰੱਖਣਾ ਕੋਈ ਸਮਾਨ। ਅੱਛਾ ਭਾਜੀ ਜਿੱਦਾਂ ਡਬਲ ਐਕਸਲ ਹੋ ਗਿਆ ਇੱਕ ਇੱਕ ਆਪਾਂ ਇੱਧਰ ਵੀ ਸਟicker ਦਿਖਾ ਦਈਏ ਵਿੱਚ ਦਿਖਾਓ ਪ੍ਰਾਊਡਲੀ ਬਿਲੋਂਗ ਟੂ ਪੰਜਾਬ ਮਤਲਬ ਉਸ ਗੱਲ ਨੂੰ ਮਾਣ ਮਹਿਸੂਸ ਕਰ ਰਹੇ ਆਸਟ੍ਰੇਲੀਆ 'ਚ ਰਹਿ ਕੇ ਵੀ ਕਿ ਅਸੀਂ ਪੰਜਾਬ ਦੇ ਵਾਸੀ ਹਾਂ। ਬਿਲਕੁਲ ਬਿਲਕੁਲ ਪੰਜਾਬ ਨਾਲ ਉਹਨਾਂ ਨੂੰ ਬਹੁਤ ਮੋਹ ਆ ਜਿੱਦਾਂ ਚਾਚਾ ਜੀ ਹੁਣਾਂ ਨੂੰ ਵੀ ਕਬੱਡੀ ਨੂੰ ਕਾਫੀ ਪ੍ਰਮੋਟ ਕਰਦੇ ਆ ਉਦੋਂ ਵੀ ਜਦੋਂ ਮੈਂ ਉਹਨਾਂ ਕੋਲ ਰਹਿ ਕੇ ਆਇਆ ਉੱਥੇ ਸਾਰੇ ਪਲੇਅਰ ਆਪਣੇ ਪਾਲਾ ਜਲਾਲ ਪਰੀਆ ਸੰਦੀਪ ਅਸੀਂ ਇਕੱਠੇ ਫਾਰਮ ਤੇ ਕਿਤੇ ਜਾਣਾ ਆਣਾ ਉਹ ਪਲੇਅਰ ਵੀ ਘਰ ਵਾਂਗੂ ਉਹਨਾਂ ਨੂੰ ਸਮਝਦੇ ਸਾਰੇ ਉਹ ਵੀ ਬਹੁਤ ਕਰਦੇ। ਅੱਛਾ ਟਰਾਲੀ ਵੀ ਤੁਸੀਂ ਆਪ ਹੀ ਤਿਆਰ ਕਰਵਾਈ ਹੈ? ਹਾਂਜੀ ਇਹ ਵੀ ਇੱਥੋਂ ਆਪਣੇ ਨੂਰ ਮਿਲ ਤੋਂ ਤਿਆਰ ਕਰਵਾਈ ਹੈ ਜੀ। ਇਹਦੀ ਸਪੈਸੀਫਿਕੇਸ਼ਨਸ ਬਾਰੇ ਹੋਰ ਦੱਸ ਦਿਓ ਹਾਈਡ੍ਰੋਲਿਕ ਹੈ ਜੀ? ਨਹੀਂ ਇਹ ਨਾਰਮਲ ਹੀ ਹੈ ਜੀ ਆਪਾਂ ਨੂੰ ਕਿਉਂਕਿ ਇਹ ਤਾਂ ਆਪਾਂ ਉੱਦਾਂ ਉੱਥੇ ਜਿੱਦਾਂ ਤੁਹਾਨੂੰ ਦੱਸਿਆ ਕਿ ਸ਼ੌਂਕ ਫਿਰ ਸ਼ੌਂਕ ਹੀ ਨਾ ਬਸ ਉੱਦਾਂ ਜਿੱਦਾਂ ਲਾਈਟਾਂ ਲਵਾਈਆਂ ਜਿੱਦਾਂ ਹੁਣ ਦਿਨ ਆ ਕਿਤੇ ਰਾਤ ਨੂੰ ਹੋਵੇ ਫਿਰ ਤੁਹਾਨੂੰ ਵੀਡੀਓ ਦਊਂਗਾ ਫਿਰ ਰਾਤ ਨੂੰ ਉਧਰ ਜਾਗੋ 'ਚ ਜਾਏਗੀ ਜਾਗੋ 'ਚ ਲਾਈਟਾਂ ਚਮਕਣਗੀਆਂ। ਹਾਂਜੀ ਜਾਂ ਉੱਦਾਂ ਇਹੋ ਵਧੀਆ ਕੋਈ ਫੰਕਸ਼ਨ ਜਿਵੇਂ ਹੁਣ ਤਿਉਹਾਰ ਜਦੋਂ ਆਓਗੇ ਉਦੋਂ ਚੱਲੇਗੀ ਨਾ ਉੱਥੇ। ਹਾਂਜੀ ਹਾਂਜੀ ਆਹ ਦਿਖਾਓ ਜੀ ਇਹਨਾਂ ਦਾ ਇਹ ਸਪਿਨਰ ਹੈ ਜੀ ਜਿੱਦਾਂ ਆਪਣੇ ਟੌਰ ਲਈ ਜਿੱਦਾਂ ਵਿੱਚ ਵੀਲ ਦੇ ਆਪਾਂ ਲਾਇਆ ਇਹਦੀ ਖੂਬਸੂਰਤੀ ਹੋਰ ਵਧਾਉਣ ਲਈ ਟਰੈਕਟਰ ਦੀ। ਹਾਂਜੀ ਹਾਂਜੀ ਇਹਦੇ ਵਿੱਚ ਤਾਂ ਨਹੀਂ ਕੋਈ ਲਾਈਟ ਜਗਦੀ ਇਹ ਇਹ 'ਚ ਵੀ ਲਾਈਆਂ ਆ ਟਰੈਕਟਰ 'ਚ ਜਿੱਦਾਂ ਹੁਣ ਰਾਤ ਨੂੰ ਪਤਾ ਲੱਗਦਾ। ਹਾਂਜੀ ਜਿੱਦਾਂ ਹੁਣ ਉਹ ਮੂਹਰੇ ਹੈੱਡ ਲਾਈਟਾਂ ਉਹਨਾਂ 'ਚ ਆ ਬਾਕੀ ਆ ਸਿਸਟਮ ਹੋ ਗਿਆ ਜੀ ਸਿਸਟਮ ਬੜਾ ਸ਼ਾਨਦਾਰ ਲਵਾਇਆ ਤੁਸੀਂ। ਹਾਂਜੀ ਇਹ ਗਿੱਲ ਵਾਲਿਆਂ ਤੋਂ ਜਿੱਦਾਂ ਬਹੁਤ ਉਹਨੇ ਮਿਹਨਤ ਕੀਤੀ ਬਰੀਕੀ ਨਾਲ। ਹਾਂਜੀ ਔਰ ਹਰ ਜਗ੍ਹਾ ਰਾਏ ਜਿਹੜਾ ਉਹਨਾਂ ਦਾ ਤੁਹਾਡਾ ਸਰਨੇਮ ਹੈ ਉਹ ਨਜ਼ਰ ਆ ਰਿਹਾ। ਹਾਂਜੀ ਹਾਂਜੀ ਮੈਂ ਸਟਾਰਟਿੰਗ 'ਚ ਵੀ ਕਿਹਾ ਸੀਗਾ ਕਿ ਵਿਰਾਸਤ ਵਿੱਚ ਪੈਸਾ ਮਿਲ ਸਕਦਾ ਲੇਕਿਨ ਪਹਿਚਾਨ ਤੁਹਾਨੂੰ ਆਪ ਸੰਘਰਸ਼ ਕਰਕੇ ਬਣਾਉਣੀ ਪੈਂਦੀ ਔਰ ਵੱਡਾ ਸੰਘਰਸ਼ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਵੀ ਯਾਦ ਆਉਂਦਾ ਦਿਖਾ ਦਿਓ ਤਸਵੀਰ ਉਹਨਾਂ ਦੀ ਵੀ ਲਾਈ ਹੈ ਕਿਉਂਕਿ ਉਹਨਾਂ ਦੀ ਕੁਰਬਾਨੀ ਸਦਕਾ ਹੀ ਜਿਹੜਾ ਦੇਸ਼ ਨੂੰ ਆਜ਼ਾਦੀ ਮਿਲੀ ਔਰ ਸਾਡੇ ਜ਼ਿਲ੍ਹੇ ਦਾ ਨਾਮ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ 'ਤੇ ਹੈ ਤਾਂ ਮਾਟੀਅਰ ਸ਼ਹੀਦ ਭਗਤ ਸਿੰਘ ਜੀ ਨੂੰ 100-100 ਵਾਰ ਨਮਨ ਕਰਦੇ ਹਾਂ। ਦਿਖਾ ਦਿਓ ਫਰੰਟ 'ਤੇ ਫਿਰ ਰਾਏ ਫਾਰਮ ਤਾਂ ਇਹ ਸੰਘਰਸ਼ ਜ਼ਿੰਦਗੀ ਜਿਹੜਾ ਬੰਦਾ ਕਰਦਾ ਉਹੀ ਬੁਲੰਦੀਆਂ ਤੱਕ ਜਾਂਦਾ ਔਰ ਜਿਹੜਾ ਆਪਣੇ ਪਿਛੋਕੜ ਨੂੰ ਨਹੀਂ ਭੁੱਲਦਾ ਆਪਣੀ ਜੜ੍ਹਾਂ ਨੂੰ ਨਹੀਂ ਭੁੱਲਦਾ ਉਹਨੂੰ ਫਿਰ ਕੁਦਰਤ ਵੀ ਨਿਵਾਜਦੀ ਆ ਔਰ ਇੱਥੇ ਨਾਲ ਦੇ ਉਹਨਾਂ ਸੰਦ ਵੀ ਜਾ ਰਹੇ ਆ ਜੀ। ਹਾਂਜੀ ਹਾਂਜੀ ਉਹ ਬਾਕੀ ਬਲਜਿੰਦਰ ਭਾਜੀ ਦੇਣਗੇ ਸਾਨੂੰ ਉਹਨਾਂ ਬਾਰੇ। ਆ ਜਾਓ ਭਾਜੀ ਬਲਜਿੰਦਰ ਸਸਕਾਲ ਭਾਜੀ ਅਸੀਕਲ ਬਲਜਿੰਦਰ ਜੀ ਬਾਰੇ ਦੱਸ ਦਵਾਂ ਜੀ ਕਿ ਇਹ ਮੇਰੇ ਨਾਲੇ ਲਵਲੀ 'ਚ ਪੜੇ ਹੋਏ ਆ ਔਰ ਅੱਜ ਇਹਨਾਂ ਨੇ ਇੰਨੀ ਮਿਹਨਤ ਕੀਤੀ ਆ ਜਿੱਦਾਂ ਇਹਨਾਂ ਨੇ ਸੰਦਾਂ ਨੂੰ ਸ਼ਿੰਗਾਰਿਆ ਆਪ ਵੀ ਫੇਸ਼ੀਅਲ ਕਰਾ ਕੇ ਆਏ ਕਹਿੰਦੇ ਕਿ ਮੇਰੀ ਫੋਟੋ ਸਟੇ ਲਈ। ਅੱਛਾ ਆਪਾਂ 1 by 1 ਦੱਸ ਦਿਓ ਕੀ ਜਾ ਰਿਹਾ ਜੀ ਦਿਖਾ ਦਿੰਦੇ ਨਾਲ ਵੀ ਆਇਓ ਪਲੀਜ਼। ਹਾਂ ਸੈਂਬੀ ਐਗਰੋ ਇੰਡਸਟਰੀਜ਼ ਵਾਲਿਆਂ ਨੇ ਵੀ ਬੜੇ ਮਿਹਨਤ ਨਾਲ ਸਮਾਨ ਤਿਆਰ ਕੀਤਾ ਔਰ ਇਹ ਸਾਰਾ ਸਮਾਨ ਜਿਹੜਾ
नज़र जो तुहानू आ रहा है आस्ट्रेलिया जा रहे हो क्योंकि कहा जाता है कि किसान अपने संद बहुत प्यारे होंगे। हाँ जी हाँ जी की देखो जी ये प्लांटर एक तरह का ठीक है जी ए कमादी भी छीननी है ये छलियां भी लानी है जी छलियां भी। हाँ जी मैं बहुत खुशी है भी उत्थे गन्ने की खेती कर रहे हैं देखो उधर देखो गन्ने की खेती होनी नाल गुड़ भी कढ़िया जा रहा है। जस्सी भाजी आ जाओ जस्सी भाजी आओ जस्सी जस्सी जी तुसी जिद्दां काम तो अपना है उत्थे ब्लूबेरी का ये जिद्दां शौक के तौर पर अपने बेसे ना जुड़ियो थोड़ा गन्ना फिर कितने उत्थे ते तां नहीं जाफरपुरियां का बेलना भी चलो आस्ट्रेलिया। हाँ जी हाँ जी वह भी चलूगा जी बेलना भी तैयार है वह भी थानू दिखा दे हाँ जी वह भी थानू दिखाने ये जिदा वह सारा अपना समान जे कि गुड़ क्ढना वह भी आप सारा समान नाल भेज रहे हैं होर भी समान है प्योर गुड़ मिलेगा आस्ट्रेलिया जी आस्ट्रेलिया प्योर गन्ने अपने फार्म के गन्ने अपने फार्म का गुड़ जी उत्थे जे रब ने सूत लाया तो आप उत्थे भी मिलांगे। चलो बहुत शुक्रिया बहुत शुक्रिया तो मतलब लड़ी ना लड़ी जुड़ गई जिवें भाजी ने दसिया कि गन्ने की बिजाई दे और उधर फिर तुसी जड़ा गुड़ भी कढ़ सकदे हो गुड़ भी कढ़ सकदे आ ते जिहड़े फाले आ उदा तो अपने को उत्थे बड़े ट्रैक्टर भी हैगे चाचा जी होणा कोलों जिद्दां इह 4 ट्रैक्टर ले आपां स्पैशल छोटे कल्टीवेटर 9 टिलरां वाले ਇਹ ਲੈ ਕੇ ਜਾਣੇ ਆ ਦੇ ਲਈ ਬਹੁਤ ਵਧੀਆ। ਹਾਂਜੀ ਆਪਣੇ ਜਿੱਦਾਂ ਗੁੜ ਬੀਜਣ ਲਈ ਸ਼ੌਂਕ ਪੂਰਾ ਕਰਨ ਲਈ ਹੁਣ ਫੋੜ ਲੈ ਕੇ ਜਾਣਾ ਆਪਾਂ ਚਲਾ ਕੇ ਵੀ ਦੇਖਣਾ ਨਾ ਫਿਰ ਉੱਤੇ ਹਾਂ ਇਸੇ ਕਰਕੇ ਤੇ ਫਿਰ ਉਹ ਬੱਟਾਂ ਪਾਉਣ ਵਾਲਾ ਜਿੰਦਾ ਹੋ ਗਿਆ ਜੀ ਜੀ ਕੋਈ ਬਰਜਿੰਦਰ ਜੀ ਸਮਝਾ ਦਿਓ ਇਹਦੇ ਨਾਲ ਬੱਟਾਂ ਪਾਈਆਂ ਜਾਂਦੀਆਂ ਜੀ ਠੀਕ ਹੈ ਜੀ ਇਹ ਤਵਿਆਂ ਵਾਲਾ ਜਿੰਦਾ 28 ਇੰਚ ਤਵਾ ਇਹਦੇ ਨਾਲ ਠੀਕ ਹੈ ਫੁੱਲ ਹੈਵੀ ਡਿਊਟੀ ਸੈੱਟ ਹੈ ਮੈਨੂੰ ਬਹੁਤ ਖੁਸ਼ੀ ਹੈ ਵੀ ਭਾਜੀ ਹੁਣੀ ਸਾਨੂੰ ਆਰਡਰ ਦਿੱਤਾ ਮਾਣ ਮਹਿਸੂਸ ਹੁੰਦਾ ਭਾਜੀ ਇੱਥੇ ਵੀ ਅਸੀਂ ਇਹਨਾਂ ਦੇ ਜਿੱਦਾਂ ਸਾਡੇ ਪੁਰਾਣੇ ਗਾਹਕ ਆ ਇਹ ਪਰ ਹੁਣ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ ਸਾਡਾ ਸਮਾਨ ਬਾਹਰ ਜਾ ਰਿਹਾ ਪਹਿਲਾਂ ਵੀ ਕੈਲੀਫੋਰਨੀਆ ਗਿਆ ਪਰ ਇਹਨਾਂ ਨੇ ਜ਼ਿਆਦਾ ਸਾਨੂੰ ਮਾਣ ਬਖਸ਼ਿਆ ਆਸਟ੍ਰੇਲੀਆ 'ਚ ਪਹਿਲੀ ਵਾਰ ਮੈਂ ਕਹਿੰਦਾ ਜਾ ਰਿਹਾ ਜੀ ਹਾਂਜੀ ਹਾਂਜੀ ਆਸਟ੍ਰੇਲੀਆ 'ਚ ਪਹਿਲੀ ਵਾਰ ਜਾ ਰਿਹਾ ਕੋਈ ਨਾ ਹੁਣ ਕੈਨੇਡਾ ਵੀ ਜਾਊਗਾ ਵੀਡੀਓ ਦੇਖ ਕੇ ਆ ਜਾਣੇ ਆਰਡਰ ਹਾਂਜੀ ਹਾਂਜੀ ਸਹੀ ਆ ਤਾਂ ਸੈਂਬੀ ਸਾਹਿਬ ਤਵਿਆਂ ਵਾਲੇ ਜਿੰਦੇ ਤੋਂ ਬਾਅਦ ਹੋਰ ਕੀ ਬਾਹਰ ਜਾ ਰਿਹਾ ਜੀ ਇਹ ਰੋਟਾਵੇਟਰ ਵੀ ਬਾਹਰ ਜਾ ਰਿਹਾ ਸਵੈਨ ਕੰਪਨੀ ਦਾ ਇਹਦੇ ਨਾਲ ਬਹੁਤ ਵਧੀਆ ਬਿਜਾਈ ਹੁੰਦੀ ਆ ਇਹ ਸ਼ੱਕਰ ਵਾਂਗੂ ਕਰ ਦਿੰਦਾ ਜ਼ਮੀਨ ਨੂੰ ਹਾਂਜੀ ਇਹ ਤੁਸੀਂ ਕਹਿ ਸਕਦੇ ਆ ਇਹਦੇ ਨਾਲ ਪੌਸ਼ਟਿਕ ਤੱਤ ਜ਼ਿਆਦਾ ਮਿਲਦੇ ਆ ਫਿਰ ਇੰਡੀਆ 'ਚ ਯੂਜ਼ ਹੁੰਦਾ ਹੈ ਹਾਂਜੀ ਇੰਡੀਆ 'ਚ ਵੀ ਯੂਜ਼ ਹੋ ਰਿਹਾ ਹੈ। ਅੱਛਾ ਜੱਸੀ ਭਾਅ ਜੀ ਤੁਸੀਂ ਆਸਟ੍ਰੇਲੀਆ 'ਚ ਵੀ ਖੇਤੀ ਕਰਕੇ ਦੇਖ ਲਈ ਪੰਜਾਬ 'ਚ ਦੇਖ ਕੇ ਆਇਆ ਕਰਕੇ ਦੇਖ ਦੇਖ ਕੇ ਬੰਦਾ ਸਿੱਖਦਾ ਤੁਸੀਂ ਉੱਥੇ ਵੀ ਦੇਖ ਲਿਆ ਕਿਵੇਂ ਖੇਤੀ ਕਰਦੇ ਆ ਇੱਥੇ ਜਾਫਰਪੁਰ 'ਚ ਵੀ ਤੁਸੀਂ ਖੇਤੀ ਕਰਦੇ ਹੋ ਵੱਡੇ ਲੈਵਲ ਤੇ ਖੇਤੀ ਕਰਦੇ ਹੋ ਇੱਥੇ ਤਾਂ ਕਰਦੇ ਚਲੋ ਵਾਹਿਗੁਰੂ ਦੀ ਕਿਰਪਾ ਹੈ ਬਾਹਰ ਜਾ ਕੇ ਆਸਟ੍ਰੇਲੀਆ ਜਾ ਕੇ ਕਿੰਨਾ ਲਾਹੇਵੰਦ ਸਾਬਿਤ ਪੂਰੀ ਸਾਹਿਬ ਇਦਾਂ ਹੈ ਜੀ ਰੋਟਾਵੇਟਰ ਉੱਥੇ ਆਪਣੇ ਕੋਲ ਹੋਰ ਮਸ਼ੀਨਾਂ ਤਾਂ ਹੈਗੀਆਂ ਜਿੱਦਾਂ ਜਿੱਦਾਂ ਆਪਾਂ ਬਲੂਬਰੀ ਉੱਥੇ ਆਪਣੇ ਮੈਕਸੀਮ ਆਈਡੀਆ ਰੱਖ ਲਓ 7 ਫੁੱਟ ਉਹਦੇ ਵਿੱਚ ਜਗ੍ਹਾ ਆ ਕੱਚੀ ਉਹ ਬਲੂਬਰੀ ਦੇ ਬੂਟੇ ਹੁੰਦੇ ਇੱਦਾਂ ਉਹਦੇ ਵਿੱਚ ਜਿੱਦਾਂ ਕੋਈ ਘਾਹ ਫੂਸ ਹੋ ਗਿਆ ਉੱਥੇ ਉੱਚਾ ਨੀਵਾਂ ਉਹਦੇ ਵਿੱਚ ਇਹੋ ਤਾਂ ਹੀ ਅਸੀਂ ਛੋਟਾ 6 ਫੁੱਟ ਦਾ ਤਿਆਰ ਕਰਾਇਆ ਸਪੈਸ਼ਲ ਹਾਂ ਸਪੈਸ਼ਲ ਵੀ ਜੇ ਅਸੀਂ ਇਹਨੂੰ ਟੇਸਟ ਕਰਕੇ ਹੁਣ ਉੱਥੇ ਦੇਖਾਂਗੇ ਵੀ ਜਿੱਦਾਂ ਸਾਡਾ ਟਰੈਕਟਰ ਵਿੱਚੋਂ ਲੰਘ ਜਾਵੇ ਇਹ ਉਹਦੇ ਲਈ ਸਾਨੂੰ ਕੰਮ ਆਊਗਾ ਜਿੱਦਾਂ ਠੀਕ ਹੈ ਅੱਛਾ ਸਪੈਸ਼ਲ ਤਿਆਰ ਹਾਂਜੀ ਹਾਂਜੀ ਸਪੈਸ਼ਲ ਉਹਦੇ ਲਈ ਆਰਡਰ ਕੀਤਾ ਹੈ ਬਹੁਤ ਚੰਗੀ ਗੱਲ ਹੈ ਬੇਲਣਾ ਅਸੀਂ ਹਾਂਜੀ ਬਿੰਦੇ ਭਾਜੀ ਤੋਂ ਹਾਂ ਇਹ ਨਹੀਂ ਬਿੰਦੇ ਭਾਜੀ ਤੋਂ ਪੂਰੀ ਜਾਣਕਾਰੀ ਲਵਾਂਗੇ ਬੇਲਣੇ ਬਾਰੇ ਬਿੰਦੇ ਭਾਜੀ ਆਪਾਂ ਬੇਲਣੇ ਬਾਰੇ ਸਮਝਾਉਣਾ ਹੁਣ ਕਿ ਇੱਥੇ ਆਪਣੇ ਜਾਫਰਪੁਰ ਵੀ ਲੱਗਾ ਕਹਿੰਦੇ ਤੁਸੀਂ ਵੀ ਲਵਾਇਆ ਹੋਇਆ ਹਾਂਜੀ ਅਸੀਂ ਵੀ ਲਵਾਇਆ ਜੀ ਇਹ ਵਧੀਆ ਚੀਜ਼ ਆ ਜੀ ਨਵਾਂ ਤਿਆਰ ਕਰਵਾ ਕੇ ਬੇਲਣਾ ਲਾਇਆ ਜੀ ਤੇ ਇੱਥੇ ਵੀ ਰਸ ਪੀਤੀ ਉਹਨੇ ਉੱਥੇ ਵੀ ਪੀਣਗੇ ਸਾਰੇ ਕੰਮ ਕਰਨਗੇ ਆਪਣੇ ਵਿੱਚ ਜਿਹੜਾ ਰਸ ਪੀ ਲੈਂਦਾ ਇੱਥੇ ਪੀ ਗਿਆ ਉੱਥੇ ਵੀ ਉਹਨਾਂ ਨੂੰ ਸ਼ੌਂਕ ਆ ਉਹਨੇ ਬਣਾਇਆ ਤਿਆਰ ਵਧੀਆ ਕੀਤਾ ਨਵਾਂ ਲੈ ਕੇ ਤਿਆਰ ਕਰਾਇਆ ਜੀ ਬੇਲਣਾ ਰਸ ਦਾ ਰਸ ਹੀ ਇੱਦਾਂ ਦਾ ਰਸ ਇੱਦਾਂ ਦਾ ਜੀ ਕਹਿਣ ਵਧੀਆ ਆਪਣਾ ਅੱਛਾ ਗਰੀਸ ਬਹੁਤ ਲੱਗੀ ਆ ਇਹ ਗਰੀਸ ਤੇ ਫਿਰ ਲਾਣੀ ਪੈਂਦੀ ਆ ਜੀ ਇਹਨੂੰ ਨਹੀਂ ਤਾਂ ਫਿਰ ਇਹ ਵੱਢ ਹੋ ਜਾਂਦਾ ਹਾਂਜੀ ਗਰੀਸ ਦੇ ਨਾਲ ਹੀ ਇਹੋ ਆਪਾਂ ਇੱਧਰ ਦਿਖਾ ਦਈਏ ਜੀ ਮੈਂ ਜਦੋਂ ਸਾਰਾ ਟਰੈਕਟਰ ਦੀ ਸ਼ਾਫਟ ਨਾਲ ਚੱਲਦਾ ਜੀ ਟਰੈਕਟਰ ਦੀ ਸ਼ਾਫਟ ਨਾਲ ਚੱਲਦਾ ਜੀ ਐਨ ਬਹੁਤ ਵਧੀਆ ਇਜੀ ਚੱਲਦਾ ਪਰ ਮੈਨੂੰ ਤੁਹਾਡੀ ਗੱਲ ਬਹੁਤ ਵਧੀਆ ਲੱਗੀ ਕਹਿੰਦੇ ਇੱਥੇ ਵੀ ਰਸ ਪੀਤੀ ਜਿਹਨੇ ਉਹ ਫਿਰ ਆਸਟ੍ਰੇਲੀਆ ਜਾ ਕੇ ਵੀ ਸਪੈਸ਼ਲ ਕੱਢ ਕੇ ਪੀਓ ਆਪਣੇ ਖੇਤਾਂ ਦੀ ਨਾਲੇ ਰਾਏ ਬ੍ਰਦਰਸ ਦੇਖੋ ਤੇ ਇਹਨਾਂ ਨੂੰ ਬੜਾ ਹੀ ਸ਼ੌਂਕ ਆ ਇਹਨਾਂ ਦੇ ਚੀਜ਼ਾਂ ਬਾਰੇ ਪੁਰਾਣੀਆਂ ਚੀਜ਼ਾਂ ਬਾਰੇ ਕਬੱਡੀ ਬਾਰੇ ਵੀ ਸ਼ੌਂਕ ਬਹੁਤ ਰਿਹਾ ਇਹਨਾਂ ਦਾ ਹੁਣ ਵੀ ਸ਼ੌਂਕ ਹੈ ਮੈਚ ਉੱਥੇ ਵੀ ਕਰਾਉਂਦੇ ਆ ਇੱਥੇ ਆ ਕੇ ਵੀ ਕਰਾ ਕੇ ਜਾਂਦੇ ਆ ਅਤੇ ਵਧੀਆ ਨਿਆਣੇ ਵੀ ਸਾਰੇ ਉਹਨਾਂ ਦਾ ਟੱਬਰ ਸਾਰਾ ਵਧੀਆ ਨਿਆਣਿਆਂ ਨੂੰ ਵੀ ਸ਼ੌਂਕ ਆ ਸਭ ਤੋਂ ਜ਼ਿਆਦਾ ਨਿਆਣਿਆਂ ਨੂੰ ਸ਼ੌਂਕ ਆ ਕਿ ਆਹ ਚੀਜ਼ ਸਾਡੀ ਉੱਥੇ ਆਉਣੀ ਚਾਹੀਦੀ ਮੋਹ ਕਰਦੇ ਆ ਮੋਹ ਕਰਦੇ ਆ ਇੱਥੇ ਦਾ ਮੋਹ ਕਰਦੇ ਜਿਵੇਂ ਕਿਹਾ ਜਾਂਦਾ ਕਿ ਟਰੈਕਟਰ ਜਿਹੜਾ ਆ ਉਹ ਕਿਸਾਨ ਦਾ ਜੱਟ ਦਾ ਪੁੱਤ ਹੁੰਦਾ ਇਸੇ ਤਰੀਕੇ ਜਿਹੜੇ ਸੰਦ ਆ ਇਹ ਜਿੰਦ ਜਾਨ ਹੁੰਦੀ ਆ ਇਹਨੂੰ ਜਿੰਦ ਜਾਨ ਬਣਾ ਕੇ ਰੱਖਣਗੇ ਬਿਲਕੁਲ ਜੀ ਪੂਰਾ ਸਾਂਭ ਕੇ ਰੱਖਣਗੇ ਸ਼ੌਂਕ ਨਾਲ ਇੱਥੇ ਵੀ ਤਿਆਰ ਕਰਵਾਇਆ ਵਧੀਆ ਐਨ ਟਰੈਕਟਰ ਦੇ ਨਾਲ ਚੱਲੂਗਾ ਜੀ ਇਹ ਸਾਰੇ ਪੈਸੇ ਜੋ ਸਮਾਨ ਬਣਾਇਆ ਜੀ ਵਧੀਆ ਬਣਾਇਆ ਪੈਸਾ ਕਿੰਨਾ ਕੁ ਲੱਗ ਗਿਆ ਪੈਸਾ ਖੁੱਲਾ ਲੱਗ ਗਿਆ ਜੀ ਖੁੱਲਾ ਪੈਸਾ ਲੱਗ ਗਿਆ ਜੀ ਪੈਸੇ ਦੀ ਘਾਟ ਨਹੀਂ ਨਾ ਟਰੈਕਟਰ 'ਚ ਛੱਡੀ ਆ ਨਾ ਕਿਸੇ ਸੰਦ 'ਚ ਛੱਡੀ ਆ ਜੀ ਪੈਸਾ ਜੱਸੀ ਭਾਅ ਜੀ ਜਿਵੇਂ ਬਿੰਦੇ ਭਾਅ ਜੀ ਨੇ ਦੱਸਿਆ ਕਹਿੰਦੇ ਪੈਸਾ ਬਹੁਤ ਲੱਗ ਗਿਆ ਖੁੱਲਾ ਪੈਸਾ ਲਾਇਆ
ਫਿਰ ਹੁਣ ਸਮਾਨ ਜਿਹੜਾ ਇੱਧਰੋਂ ਚੱਲਾ ਬਾਹਰ ਸਾਂਭ ਵੀ ਹੋਊਗਾ ਕਿਤੇ ਸਿੱਟੂ ਸਿੱਟੂ ਤਾਂ ਬਿਲਕੁਲ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਤਾਂ ਸ਼ੌਂਕ ਬਹੁਤ ਹੈ ਜੀ ਉਹ ਤਾਂ ਡੀਕਦੇ ਆ ਜਿੱਦਾਂ ਟਰੈਕਟਰ ਵੀ ਹੁਣ ਚਮਕਾ ਕੇ ਜਿਹੜਾ ਬੰਦਾ ਕੋਈ ਸ਼ੌਂਕ ਨਾਲ ਚੀਜ਼ ਲੈ ਕੇ ਜਾਂਦਾ ਸੰਭਾਲ ਤਾਂ ਫਿਰ ਉਹਨੇ ਕਰਨੀ ਹੈ ਜੀ ਅੱਛਾ ਇਹ ਤਾਂ ਹੁਣੇ ਚਰਚਾ 'ਚ ਬਹੁਤ ਆ ਗਿਆ ਟਰੈਕਟਰ ਅਸੀਂ ਇੱਥੇ ਖੜ੍ਹੇ ਸ਼ੂਟਿੰਗ ਕਰ ਰਹੇ ਜਿਹੜਾ ਵੀ ਆਉਂਦਾ ਜਾਂਦਾ ਰਾਹੀ ਆ ਹਾਂਜੀ ਜੱਸੀ ਭਾਈ ਨੂੰ ਕਹਿੰਦਾ ਇੱਕ ਮਿੰਟ ਇੱਕ ਫੋਟੋ ਖਿਚਾ ਲਈਏ ਜੀ ਦੋ ਫੋਟੋਆਂ ਖਿਚਾ ਲਈਏ ਉੱਤੇ ਬਹਿ ਜਾਈਏ ਮੈਂ ਇਹ ਸੋਚਦਾ ਜਦੋਂ ਆਸਟ੍ਰੇਲੀਆ ਪਹੁੰਚੂ ਟਰੈਕਟਰ ਫਿਰ ਤਾਂ ਪੂਰੀ VIP ਟ੍ਰੀਟਮੈਂਟ ਮੇਰੇ ਹਿਸਾਬ ਨਾਲ ਜੀ ਆਸਟ੍ਰੇਲੀਆ 'ਚ ਪਹਿਲਾ ਟਰੈਕਟਰ ਹੋਣਾ ਇਹੋ ਜਿਹੜਾ ਇੰਨਾ ਮੋਡੀਫਾਈ ਹੋ ਕੇ ਜਾ ਰਿਹਾ ਹਾਂ ਮੇਰੇ ਹਿਸਾਬ ਨਾਲ ਔਰ ਮਿਹਨਤ ਵੀ ਬਹੁਤ ਕਰਨੀ ਪੈ ਰਹੀ ਹੈ ਮੈਂ ਦੱਸ ਦਵਾਂ ਆਸਟ੍ਰੇਲੀਆ ਵਾਲਿਆਂ ਨੂੰ ਕਨੇਡਾ ਅਮਰੀਕਾ 'ਚ ਤਾਂ ਚੱਲ ਗਿਆ ਆਸਟ੍ਰੇਲੀਆ 'ਚ ਮੇਰਾ ਖਿਆਲ ਹੈ ਪਹਿਲਾ ਟਰੈਕਟਰ ਹੋਣਾ ਜਿਹੜਾ ਇੱਦਾਂ ਮੋਡੀਫਾਈ ਹੋ ਮੈਂ ਜਿਹੜੇ ਆਸਟ੍ਰੇਲੀਆ 'ਚ ਦੇਖ ਰਹੇ ਆ ਵੀਰ ਭੈਣ ਭਰਾ ਨੂੰ ਦੱਸ ਦਵਾਂ ਮਿਹਨਤ ਬਹੁਤ ਕਰਨੀ ਪੈ ਰਹੀ ਇੱਥੋਂ ਦੀ ਟੀਮ ਜਿੰਨੇ ਸਾਡੇ ਇਸ ਬਜ਼ੁਰਗ ਖੜੇ ਨੇ ਭਰਾ ਖੜੇ ਨੇ ਕਿ ਕਹਿੰਦੇ ਕਿ ਮਾੜੀ ਨੌ ਜਿੰਨੀ ਵੀ ਬਾਲ ਜਿੰਨੀ ਵੀ ਮਿੱਟੀ ਨਹੀਂ ਇੱਥੇ ਹੋਣੀ ਚਾਹੀਦੀ ਨਹੀਂ ਤਾਂ ਕੰਟੇਨਰ ਤੇ ਨਹੀਂ ਚੜ੍ਹਨਾ ਵਾਰ ਵਾਰ ਭਾਜੀ ਧੁਆਈ ਜਾਂਦੇ ਆ ਮਿਹਨਤ ਬਹੁਤ ਕਰਨੀ ਪੈ ਰਹੀ ਹੈ ਕੱਪੜਾ ਮਾਰ ਕੇ ਟਾਇਰਾਂ ਨੂੰ ਵੀ ਮਤਲਬ ਮਿੱਟੀ ਤੋਂ ਬਗੈਰ ਇੱਕ ਮਿੱਟੀ ਨਹੀਂ ਮਾੜੀ ਹੋਣੀ ਚਾਹੀਦੀ ਕਿਉਂਕਿ ਕਹਿੰਦੇ ਉਹ ਰਿਜੈਕਟ ਕਰ ਦਿੰਦੇ ਨਾ ਕਸਟਮ ਵਾਲੇ ਬੇ ਮਿੱਟੀ ਨਹੀਂ ਹੋਣੀ ਚਾਹੀਦੀ ਚਲੋ ਤੁਸੀਂ ਮਿਹਨਤ ਬਹੁਤ ਕੀਤੀ ਰਿਜੈਕਟ ਨਹੀਂ ਹੁੰਦਾ ਫਰਜ਼ ਬਣਦਾ ਸੀ ਹੁਣ ਕਰਨ ਦਾ ਬਾਕੀ ਇਹਦੇ ਕੰਟੇਨਰ ਦੇ ਨਾਲ ਬੰਦਾ ਬੰਦਾ ਭੇਜ ਦਿੱਤਾ ਅਸੀਂ ਚੱਲ ਜਾਈਏ ਦੇਖ ਲਓ ਕੋਸ਼ਿਸ਼ ਕਰਕੇ ਉਹ ਤਾਂ ਸਕੈਨ ਹੋ ਜਾਣੇ ਆ ਇਹ ਤਾਂ ਇੱਥੇ ਸਕੈਨ ਸਾਹ ਲਵਾਂਗੇ ਨਹੀਂ ਅੰਦਰ ਸਭ ਕੁਝ ਜੋ ਲਿਖਿਆ ਜਾਣਾ ਇਕੱਲੀ ਇਕੱਲੀ ਆਈਟਮ ਕਿਹੜੀ ਕਿਹੜੀ ਜਾ ਰਹੀ ਆ ਅਤੇ ਇੱਕ ਇੱਕ ਆਈਟਮ ਲਿਖੀ ਜਾਣੀ ਆ ਲਿਖੀ ਜਾਂਦੇ ਨਾਲ ਦੀ ਨਾਲ ਜਿਹੜੇ ਆਏ ਨੇ ਲੈ ਕੇ ਅਤੇ ਇੱਥੋਂ ਲੁਧਿਆਣੇ ਜਾਊਗਾ ਲੁਧਿਆਣੇ ਤੋਂ ਫਿਰ ਟ੍ਰੇਨ ਟੋਟਲ ਪ੍ਰੋਸੈਸ ਕਿੰਨਾ ਜੀ ਕਿੰਨੀ ਦੇਰ ਤੱਕ ਪਹੁੰਚੂ ਇਹ 50 ਦਿਨ ਦਾ ਪ੍ਰੋਸੈਸ ਕਹਿੰਦੇ ਆ ਜੀ ਅੱਛਾ 50 ਦਿਨ ਫਿਰ ਵੀ ਲੱਗੇ ਮੈਕਸਿਮ 50 ਦਿਨ ਕਹਿੰਦੇ ਆ ਹੋ ਸਕਦਾ ਕਿ ਪਹਿਲਾਂ ਵੀ ਚੱਲ ਜਾਵੇ ਚਲੋ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਪਹੁੰਚੇ ਉੱਥੇ ਤਿਹਾਰਾਂ 'ਚ ਫਿਰ ਇਹ ਜਿਹੜਾ ਟਰੈਕਟਰ ਹੈ ਹਾਂਜੀ ਨਗਰ ਕੀਰਤਨ ਜਦੋਂ ਹੁੰਦਾ ਨਾ ਉੱਥੇ ਕਿਤੇ ਨਗਰ ਕੀਰਤਨ ਦੇ ਵਿੱਚ ਫਿਰ ਇਹ ਲਿਜਾਇਆ ਕਰੂਗੇ ਜਿੱਦਾਂ ਆਪਣੇ ਇੱਥੇ ਸ਼ੌਂਕ ਆ ਜੀ ਬੇਲਣਾ ਵੀ ਤਾਂ ਉੱਥੇ ਰਸ ਦਾ ਲੰਗਰ ਲਾਉਂਦੇ ਰਸ ਦਾ ਲੰਗਰ ਲਾਵਾਂਗੇ ਦਾ ਲੰਗਰ ਲੱਗਿਆ ਕਰੂਗਾ ਹਾਂਜੀ ਹਾਂਜੀ ਕਹਿੰਦੇ ਭਾਜੀ ਤੁਹਾਡੀ ਗੱਲ ਤੋਂ ਗੱਲ ਆ ਗਈ ਰਸ ਸਿਰਫ ਆਪ ਨਹੀਂ ਪੀਣੀ ਲੰਗਰ ਵੀ ਲਾਉਣਾ ਤੇ ਜਿਹਨਾਂ ਦੀ ਤਮੰਨਾ ਕਿ ਰਸ ਪੀਣੀ ਜਿਹੜੇ ਖਾਸ ਕਰਕੇ ਲੰਗਰ ਲਈ ਹੈ ਲੰਗਰ ਲਾਉਣਾ ਪਰ ਆਪਣੇ ਲਈ ਗੁੜ ਵੀ ਕੱਢ ਸਕਦੇ ਆ ਥੋੜਾ ਬਹੁਤ ਜਿੱਦਾਂ ਘਰ ਪਿਓਰ ਹਾਂ ਪਿਓਰ ਹੁਣ ਜਿੱਦਾਂ ਸੂਰੀ ਸਾਹਿਬ ਆਪਾਂ ਇੱਥੇ ਰਸ ਕੱਢਦੇ ਆ ਗੰਨੇ 'ਚ ਅਦਰਕ ਪਾਉਂਦੇ ਆ ਉੱਥੇ ਆਪਾਂ ਹੁਣ ਬਲੂਬੇਰੀ ਵਿੱਚ ਪਾ ਕੇ ਫੇਰ ਰਸ ਕੱਢਿਆ ਕਰਾਂਗੇ ਕਮਾਲ ਕਰ ਦਿੱਤੀ ਮਿੱਠਾ ਪਾਉਣ ਮਿੱਠਾ ਤਾਂ ਪਹਿਲੇ ਬਹੁਤ ਬਣਾ ਦੋਨਾਂ ਦਾ ਟੇਸਟ ਆਇਆ ਕਰੂਗਾ ਨਾਲ ਆਪਣਾ ਪਿਆਰ ਵੀ ਪਾ ਦੇਣਾ ਆਪਣਾ ਮੋਹ ਵੀ ਪਾ ਦੇਣਾ ਜਿਹੜੇ ਵਿਰਸੇ ਨਾਲ ਜੁੜੀਆਂ ਯਾਦਾਂ ਉਹ ਵੀ ਪਾ ਦੇਣੀਆਂ ਉਹ ਕਹਿੰਦੇ ਨਾ ਕਿ ਜਿਹੜੀ ਯਾਦਾਂ ਦੀ ਕਿਤਾਬ ਆ ਉਹ ਕਦੀ ਪੁਰਾਣੀ ਨਹੀਂ ਹੁੰਦੀ ਔਰ ਇਹ ਜਿਹੜਾ ਰਾਏ ਬ੍ਰਦਰਸ ਦਾ ਮੋਹ ਆਪਣੀ ਪੰਜਾਬ ਦੀ ਧਰਤੀ ਨਾਲ ਆਪਣੇ ਕਿਸਾਨੀ ਸੰਦਾਂ ਨਾਲ ਪਿੰਡ ਨਾਲ ਉਤੋਂ ਜਿਹੜੀ ਖੁਸ਼ਬੂ ਇੱਕ ਆ ਰਹੀ ਹੈ ਜਿਹੜਾ ਰਾਏ ਬ੍ਰਦਰ ਨੇ ਉਹਨੇ ਕੀਤਾ ਸਾਰਾ ਸਾਡੇ ਚਾਰ ਪਿੰਡ ਰਾਇਆਂ ਦੇ ਸਾਰਿਆਂ ਨੂੰ ਮਤਲਬ ਬੜਾ ਉਹਨਾਂ ਤੇ ਮਾਣ ਆ ਹਾਂ ਵੀ ਸਾਡਾ ਰਾਏ ਬ੍ਰਦਰ ਦਾ ਨਾਮ ਇੰਨਾ ਉੱਚਾ ਸਾਡੇ ਚਾਰ ਪਿੰਡ ਇਕੱਠੇ ਦੇਖੋ ਜਿੱਦਾਂ ਹੁਣ ਉਧਰਲੇ ਬੱਚੇ ਆ ਬੋਰ ਨੇ ਆ ਉਹਨਾਂ ਨੂੰ ਅੱਜ ਕੱਲ ਆਪਾਂ ਦੇਖਦੇ ਨਹੀਂ ਇੰਨੀ ਨੌਲੇਜ ਪਰ ਸਾਡੇ ਨਿਆਣੇ ਉਹ ਸਾਡੇ ਭਰਾ ਤਾਂ ਉਹ ਇੰਨਾ ਕਬੱਡੀ ਨਾਲ ਪਿਆਰ ਕਰਦੇ ਆ ਪਲੇਅਰਾਂ ਦੇ ਨਾਲ ਰਹਿਣਾ ਉਹਨਾਂ ਨੂੰ ਪੂਰਾ ਸਪੋਰਟ ਕਰਨਾ ਇਹ ਵੀ ਸਾਡੇ ਲਈ ਇੱਕ ਮਾਣ ਵਾਲੀ ਗੱਲ ਆ ਉਹਨਾਂ ਲਈ ਇੱਥੇ ਵੀ ਜੀ ਜੀ ਹਾਂਜੀ ਹਾਂਜੀ ਜਿਹੜਾ ਬੰਦਾ ਜੁੜਿਆ ਆ ਆਪਣੀ ਪੰਜਾਬ ਨਾਲ ਪੰਜਾਬੀ ਬੋਲੀ ਨਾਲ ਕਹਿੰਦੇ ਪੰਜਾਬੀ ਬੋਲੀ ਜਿਹਨੇ ਕਦੀ ਬੋਲੀ ਨਹੀਂ ਉਹਨੂੰ ਕੀ ਪਤਾ ਕਿੰਨੀ ਮਿੱਠੀ ਹੈ ਪਰ ਜਿਹਨੇ ਬੋਲੀ ਹੈ ਫਿਰ ਉਹ ਸ਼ੱਕਰ ਘੋਲਦੀ ਜਾਂਦੀ ਹੈ ਅਤੇ ਆਪਣੀ ਅਗਲੇ ਜਨਰੇਸ਼ਨ ਨੂੰ ਵੀ ਦੇਣੀ ਚਾਹੀਦੀ ਹੈ ਰੂਟਸ ਨਾਲ ਜੋੜਨਾ ਚਾਹੀਦਾ ਚਲੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਨੂੰ ਵੀ ਜੀ ਬਹੁਤ ਕੋਸ਼ਿਸ਼ਾਂ ਕਰ ਰਹੇ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ TV32 ਚੈਨਲ ਵਾਲਿਆਂ ਦਾ ਸੁਖੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ TV32 ਵਾਲਿਆਂ ਦਾ ਜਿਹਨਾਂ ਨੇ ਇੰਨਾ ਸਾਡਾ ਆ ਕੇ ਤਸਵੀਰ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਦਿਓ ਅਸੀਂ ਆਪਣੀ ਆਡੀਅੰਸ ਨਾਲ ਵੀ ਸ਼ੇਅਰ ਕਰ ਦਿਆਂਗੇ ਕਿ ਰਾਏ ਬ੍ਰਦਰਸ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਆਸਟ੍ਰੇਲੀਆ 'ਚ ਕਿਵੇਂ ਧੁੰਮਾ ਪਾ ਰਿਹਾ ਸਾਨੂੰ ਜ਼ਰੂਰ ਤਸਵੀਰਾਂ ਤੁਸੀਂ ਸ਼ੇਅਰ ਕਰ ਦਿਓ ਅਤੇ ਅੱਜ ਤੋਂ 50 ਤੇ 51ਵੇਂ ਦਿਨ ਜਦੋਂ ਟਰੈਕਟਰ ਪਹੁੰਚੇਗਾ ਉਹ ਵੀ ਜਿਹੜੀ ਉਹਨਾਂ ਦੇ ਚਿਹਰੇ 'ਤੇ ਖੁਸ਼ੀ ਆਏਗੀ ਇਹਨੂੰ ਰਿਸੀਵ ਕਰਨ ਵੇਲੇ ਉਹ ਵੀ ਅਸੀਂ ਤਸਵੀਰਾਂ ਸਾਂਝੀਆਂ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੱਸੀ ਭਾਅ ਤਾਂ ਵੀਡੀਓ ਅਸੀਂ ਐਂਡ ਕਰਨ ਲੱਗੇ ਲੇਕਿਨ ਆਸਟ੍ਰੇਲੀਆ ਵਾਲੇ ਜਿਹੜੇ ਸਾਡੇ ਵੀਰ ਭੈਣ ਭਰਾ ਦੇਖ ਰਹੇ ਆ ਰਾਏ ਬ੍ਰਦਰਸ ਦੇਖ ਰਹੇ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਇਹਨਾਂ ਨੇ ਮਿਹਨਤ ਦੇਖੋ ਕਿੰਨੀ ਕੀਤੀ ਆ ਸਾਡੇ ਬਲਜਿੰਦਰ ਨੇ ਪਹਿਲਾਂ ਇੱਕ ਵਾਰੀ ਫੇਸ਼ੀਅਲ ਕਰਾਇਆ ਸੀ ਹੁਣ 2 ਵਾਰੀ ਕਰਾਉਣਾ ਪੈਣਾ ਇੰਨੀ ਗਰਮੀ ਇੰਨੀ ਹਿਊਮਿਡਿਟੀ ਆ ਜੱਸੀ ਭਾਅ ਜੀ ਉਹਨਾਂ ਨੇ ਬੁੱਢੀ ਭਾਅ ਜੀ ਹੁਣੀ ਗਰਮੇਲ ਬਾਪੂ ਜੀ ਨੇ ਔਰ ਬਿੰਦੇ ਭਾਅ ਜੀ ਹੁਣੀ ਅਤੇ ਸੈਂਬੀ ਐਗਰੋ ਇੰਡਸਟਰੀ ਵਾਲੇ ਸਾਰਿਆਂ ਨੇ ਰਲ ਕੇ ਬਹੁਤ ਮਿਹਨਤ ਕੀਤਾ ਅਸੀਂ ਕਹਿੰਦੇ ਕਿ ਇਹਨਾਂ ਦੀ ਮਿਹਨਤ ਨੂੰ ਬੂਰ ਪਵੇ ਔਰ ਜਦ ਆਸਟ੍ਰੇਲੀਆ ਟਰੈਕਟਰ ਪਹੁੰਚ ਜਾਏਗਾ ਸਾਨੂੰ ਵੀ ਬੜਾ ਮਾਣ ਮਹਿਸੂਸ ਹੋਏਗਾ ਕਿ ਰਾਏ ਬ੍ਰਦਰਸ ਨੇ ਸਾਡਾ ਵੀ ਨਾਮ ਉੱਚਾ ਕੀਤਾ ਬਹੁਤ ਬਹੁਤ ਸ਼ੁਕਰੀਆ ਬਣ ਜਾਣਾ ਵੀ ਬੱਤੀ ਨਵਾਂ ਸ਼ਹਿਰ ਆਪਣੇ ਛੋਟੇ ਦਿਨੇ ਸੂਰੀ ਕੈਮਰਾ ਪਰਸਨ ਜੀ ਕੋਲ ਜਲਦ ਤੋਂ ਬਹੁਤ ਜਲਦੀ ਫਿਰ ਤੁਹਾਡੇ ਰਹਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ